ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਰੂਰ ਦੇਖਦੇ ਹੋ ਜੀ, ਅੱਜ ਵੀ ਲਾਈਵ ਹੋਏ, ਪਹਿਲਾਂ ਵੀ ਦਿਨ ਦੇ ਵਿੱਚ ਅਸੀਂ ਇੱਕ ਨੰਬਰ ਲਾਈਵ ਲਾਈਵ ਨਹੀਂ ਹੋ ਪਾ ਰਹੇ ਸੀ, ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਨਹੀਂ ਹੋ ਪਾਏ। ਅਸੀਂ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਆਪਣੇ ਸੰਸਥਾ ਦੇ ਉੱਪਰ ਆਪਣੇ ਆਸ਼ਰਮ ਦੇ ਵਿੱਚ ਸੁਮਨ ਵਾਸ ਦਾ ਇੰਤਜ਼ਾਮ ਕੀਤਾ ਜੀ। ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਜ ਅਸੀਂ ਜਿਹੜੇ ਸਾਡੇ ਕੋਲ ਡੋਰ ਬੰਦ ਲਈ ਰਹਿੰਦੇ ਸੀ, ਉਹਨਾਂ ਦੇ ਉੱਪਰ ਛੱਤ ਦਾ ਇੰਤਜ਼ਾਮ ਕੀਤਾ ਵਾ ਜੀ। ਅਤੇ ਅੱਜ ਲੰਗਰ ਲਗਾਇਆ ਵੀ ਅਸੀਂ ਬੜੇ ਫਰੀ ਹੋਏ ਹਾਂ। ਅਸੀਂ ਅੱਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦਾ ਨਗਰ ਕੀਰਤਨ ਪ੍ਰਕਾਸ਼ ਹੋਣੇ ਸੀਗੇ ਜੀ ਅੱਜ, ਅਤੇ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਲੰਗਰ ਲਾਇਆ ਸੜਕ ਦੇ ਉੱਪਰ। ਅਤੇ ਲੰਗਰ ਲਾਉਣ ਤੋਂ ਬਾਅਦ ਅੱਜ ਪਹਿਲਾਂ ਸਵੇਰੇ ਲੰਗਰ ਲਾਉਣ ਤੋਂ ਪਹਿਲਾਂ ਆਪਣੇ ਆਸ਼ਰਮ ਦੇ ਵਿੱਚ ਗ੍ਰੰਥੀ ਸਿੰਘ ਦੀ ਹਾਜ਼ਰੀ ਦੇ ਵਿੱਚ ਅੱਜ ਅਰਦਾਸ ਕਰਵਾ ਕੇ ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅੱਜ ਅਸੀਂ ਉਹਨਾਂ ਦਾ ਓਪਨਿੰਗ ਕੀਤੀ ਹੈ ਜੀ। ਅਸੀਂ ਉਹਨਾਂ ਦਾ ਉਦਘਾਟਨ ਕੀਤਾ ਜੀ, ਜਿਹੜੀ ਸਾਡੀ ਬਿਲਡਿੰਗ ਬਣਾਈ ਹੈ ਲੋੜਵੰਦ ਵੀਰਾਂ ਦੇ ਵਾਸਤੇ। ਬੜਾ ਵੱਡਾ ਮਾਣ ਬਖਸ਼ਿਆ ਵੀ ਅਸੀਂ ਜਿਹੜੇ ਵੀਰ ਸਾਡੇ ਕੋਲ ਰਹਿੰਦੇ ਆ, ਇਸ ਟਾਈਮ 30 ਬੰਦੇ ਰਹਿੰਦੇ ਆ ਜੀ, ਉਹਨਾਂ ਦੇ ਰਹਿਣ ਦੇ ਵਾਸਤੇ ਇੰਤਜ਼ਾਮ ਕੀਤਾ ਜੀ ਅਸੀਂ ਛੱਤ ਦਾ ਜੀ। ਅੱਜ ਸਾਡੀ ਛੱਤ ਬਣ ਕੇ ਕੰਪਲੀਟ ਹੋ ਗਈ ਹੈ ਜੀ। ਅਤੇ ਚਾਰ ਵਾਰਡ ਬਣਾਏ ਅਸੀਂ ਅਲੱਗ ਅਲੱਗ, ਅਤੇ ਉਹਦੇ ਵਿੱਚ ਇੱਕ ਵਾਰਡ ਦੇ ਵਿੱਚ 8 ਬੰਦੇ ਪੈ ਸਕਦੇ ਆ ਜੀ। 32 ਬੰਦਿਆਂ ਦੇ ਰਹਿਣ ਦਾ ਇੰਤਜ਼ਾਮ ਅਸੀਂ ਕੰਪਲੀਟ ਕਰ ਲਿਆ ਵਾ ਜੀ। ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਅੱਗੇ ਹੋਰ ਵੀ ਬੰਦੇ ਸੇਵਾ ਦਾ ਬਲ ਬਖਸ਼ੇ ਸਾਨੂੰ, ਅਸੀਂ ਕਰ ਸਕੀਏ ਸੇਵਾ ਅਤੇ ਹੋਰ ਅੱਗੇ ਬਿਲਡਿੰਗ ਬਣਾਉਣ ਦਾ ਜਾਂ ਹੋਰ ਸੇਵਾ ਕਰਨ ਦਾ ਸਾਡਾ ਇੱਦਾਂ ਹੀ ਗੁਰੂ ਮਹਾਰਾਜ ਸੇਵਾ ਲੈਂਦੇ ਰਹਿਣ ਜੀ। ਅਤੇ ਅੱਜ ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਰਦਾਸ ਕਰਵਾ ਕੇ, ਪਾਠ ਕਰਵਾ ਕੇ ਗ੍ਰੰਥ ਸਿੰਘ ਤੋਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਅਸੀਂ ਉੱਥੇ ਓਪਨਿੰਗ ਕਰਤੀ। ਅੱਜ ਸਾਰੇ ਵੀਰ ਛੱਤ ਦੇ ਥੱਲੇ ਬਹਿਣਗੇ ਜੀ, ਜਿਹੜੇ ਕਿ ਕਾਫੀ ਟਾਈਮ ਤੋਂ ਜਿਵੇਂ ਤੁਸੀਂ ਦੇਖ ਰਹੇ ਅਸੀਂ ਟੈਂਟਾਂ ਦੇ ਵਿੱਚ ਅਸੀਂ ਪਾ ਕੇ ਉਹਨਾਂ ਦਾ ਰਹਿਣ ਤੱਕ ਉੱਚਾ ਇੰਤਜ਼ਾਮ ਕੀਤਾ ਹੋਇਆ ਸੀਗਾ। ਅਤੇ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗੁਰੂ ਦਾ ਗੁਰੂ ਗਰੀਬ ਦਾ ਗੋਲਕ ਮੰਨਿਆ ਜਾਂਦਾ, ਤਾਂ ਅੱਜ ਅਸੀਂ ਗਰੀਬ ਇੱਕ ਲੰਗਰ ਦਾ ਵੀ ਪ੍ਰਬੰਧ ਕੀਤਾ ਸੀਗਾ ਸੜਕ ਦੇ ਉੱਪਰ ਲੋੜਵੰਦ ਬੰਦਿਆਂ ਦੇ ਵਾਸਤੇ, ਲੰਗਰ ਦਾ ਸਾਰਿਆਂ ਦਾ ਪ੍ਰਬੰਧ ਕੀਤਾ ਜੀ। ਤੁਸੀਂ ਦੇਖ ਸਕਦੇ ਹੋ ਸਾਡੇ ਗਾਂਧੀ ਔਰ ਸਾਡੇ ਵੀਰ ਲੱਗੇ ਹੋਏ ਆ। ਬਹੁਤ ਜ਼ਿਆਦਾ ਬਿਜੀ ਸੀ ਸ਼ਡਿਊਲ ਸਾਡਾ, ਸਵੇਰ ਦੇ ਇੱਕ ਮਿੰਟ ਵੀ ਟਾਈਮ ਨਹੀਂ ਲੱਗਿਆ, ਇੰਨੇ ਵਜੇ ਇੱਕ ਦੋ ਵਜੇ ਕੋਸ਼ਿਸ਼ ਕੀਤੀ ਜਦ ਤਾਂ ਨੈਟਵਰਕ ਪ੍ਰੋਬਲਮ ਸੀਗੀ, ਨੈਟਵਰਕ ਕਰਕੇ ਲਾਈਵ ਨਹੀਂ ਹੋ ਸਕਿਆ। ਅਤੇ ਅਸੀਂ ਜਾਣਕਾਰੀ ਦੇਣੀ ਸੀ ਅੱਜ ਸੰਸਥਾ ਵਿੱਚ ਜਾ ਕੇ, ਵੀ ਅਸੀਂ ਇੱਕ ਵਾਰੀ ਰਾਤ ਨੂੰ ਅੱਜ ਲਾਈਵ ਹੋਵਾਂਗੇ, ਤੁਹਾਨੂੰ ਜਾਣਕਾਰੀ ਦੇਣੀ ਸੀ। 7:30 ਦੇ ਕਰੀਬ ਅਸੀਂ ਦੁਬਾਰਾ ਲਾਈਵ ਹੋਵਾਂਗੇ, ਅਤੇ ਸੰਸਥਾ ਜਾਣਕਾਰੀ ਵੀ ਦੇਵਾਂਗੇ ਕਿੱਦਾਂ ਵੀਰ ਸਾਡੇ ਰਹਿੰਦੇ ਆ ਹੁਣ। ਅਤੇ ਸਾਰੇ ਵੀਰਾਂ ਅਤੇ ਭੈਣਾਂ ਦਾ ਉਹਨਾਂ ਦੇ ਵੀ ਬਹੁਤ ਧੰਨਵਾਦੀ ਨੇ ਜਿਹੜੇ ਸਾਡੇ ਕੋਲ ਸੰਸਥਾ 'ਤੇ ਆਉਂਦੇ ਆ, ਸਾਡਾ ਸਹਿਯੋਗ ਦਿੰਦੇ ਆ, ਸਾਡੇ ਨਾਲ ਆ ਕੇ ਫਿਜ਼ੀਕਲੀ ਹੈਲਪ ਕਰਵਾਉਂਦੇ ਆ, ਪੱਟੀਆਂ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕਰਵਾਉਂਦੇ ਆ, ਕਿਸੇ ਤਰ੍ਹਾਂ ਦੀ ਜਿਹੜੀ ਵੀਰ ਕਿੱਦਾਂ ਦੀ ਕਰ ਸਕਦੇ ਨੇ। ਅਤੇ ਉਹਨਾਂ ਦੇ ਵੀ ਬੜੇ ਧੰਨਵਾਦ ਆ ਜਿਨ੍ਹਾਂ ਦੇ ਕਰਕੇ ਅੱਜ ਕੰਮ ਲਫੇਰੇ ਚੜਿਆ ਹੈ, ਜਿਹੜੇ ਵੀਰ ਸਾਡੇ ਨਾਲ ਮਦਦ ਕਰਵਾਉਂਦੇ ਆ, ਦੂਰੋਂ ਦੂਰੋਂ ਵੀਰਾਂ ਨੂੰ ਛੱਡ ਕੇ ਜਾਂਦੇ ਆ। ਸੱਚੇ ਪਾਤਸ਼ਾਹ ਸਾਡੇ ਕੋਲ ਸਭ ਤੋਂ ਹੋਣ ਵਾਲੇ ਬੰਦੇ ਆ, ਉੱਥੇ ਜਿਹੜੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਰਹਿ ਰਹੇ ਜੀ। ਅਸੀਂ ਪੰਜਾਬ ਦੀ ਪੰਜਾਬ ਤੋਂ ਬਾਹਰੋਂ ਸਾਰੇ ਪਾਸਿਓਂ ਅਸੀਂ ਉਹਨਾਂ ਵੀਰਾਂ ਨੂੰ ਲੈ ਕੇ ਆਉਂਦੇ ਹਾਂ ਜੀ, ਜਾਂ ਛੱਡ ਕੇ ਜਾਂਦੇ ਆ ਵੀਰ ਸਾਡੇ ਕੋਲ। ਅਤੇ ਸਾਡਾ ਨੰਬਰ ਜਿਵੇਂ 9780300 ਸਾਰੇ ਜਾਣਦੇ ਹੋ ਜੀ, ਜੇ ਕਿਸੇ ਵੀਰ ਨੇ ਮਿਲਣਾ ਹੋਵੇ, ਸੰਪਰਕ ਕਰਨਾ ਹੋਵੇ ਕਰ ਸਕਦਾ ਜੀ। ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਸੇਵਾ ਦਿੰਦੇ ਰਹਿਣ, ਅਤੇ ਸਾਡੀ ਟੀਮ 'ਤੇ ਇੱਦਾਂ ਹੀ ਮਿਹਰ ਭਰਿਆ ਹੱਥ ਰੱਖਣ। ਅਸੀਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਅਰਦਾਸ ਕਰਿਆ ਕਰੋ, ਜਿਹੜੇ ਸਾਡੇ ਕੋਲ ਵੀਰ ਰਹਿੰਦੇ ਆ ਬੜੀ ਮਾੜੀ ਹਾਲਤ 'ਚ, ਜਿਵੇਂ ਕਿ ਤੁਸੀਂ ਦੇਖਦੇ ਹੋ ਦੋ ਸ਼ਹੀਦ ਹੋ ਗਏ ਜੀ, ਠੀਕ ਹੋ ਗਏ ਆਪਣੀ ਜ਼ਿੰਦਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।